ਆਲ ਇੰਡੀਆ ਕਿਸਾਨ ਸੰਗਠਨ ਦੀਆਂ ਬਾਹਰ ਜਥੇਬੰਦੀਆਂ ਇਕੱਠੀਆਂ ਹੋ ਕੇ 23 ਫਰਵਰੀ ਨੂੰ ਦਿੱਲੀ ਵੱਲ ਕੂਚ ਕਰ ਰਹੀਆਂ ਨੇ ਤਾਂ ਕਿ ਸਰਕਾਰ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਮਨਵਾਇਆ ਜਾ ਸਕੇ। ਦਿੱਲੀ ਕੂਚ ਪੰਜਾਬ ਦੀਆਂ 4 ਕਿਸਾਨ ਜਥੇਬੰਦੀਆਂ ਵੀ ਇਹਨਾਂ ਦੇ ਨਾਲ ਹਿੱਸਾ ਲੈਣਗੀਆਂ। ਇਸ ਮਾਮਲੇ ਲੈ ਕੇ ਚੰਡੀਗੜ੍ਹ ਦੇ ਕਿਸਾਨ ਭਵਨ 'ਚ ਮੀਟਿੰਗ ਕੀਤੀ ਗਈ। ਵਿੱਚ ਰਾਜਨੀਤਿਕ ਜਥੇਬੰਦੀ ਕੋਈ ਨਹੀਂ ਹੈਗੀ, ਉਹ ਸਾਰੀਆਂ ਆਪਾਂ 23 ਫਰਵਰੀ ਨੂੰ ਦਿੱਲੀ ਦਾ ਘਰਾਓ ਕਰਨ ਦੀ ਤਿਆਰੀ ਕਰ ਰਹੇ ਹਾਂ ਕਿ ਸਰਕਾਰ ਨੂੰ ਮਜਬੂਰ ਕਰੋ ਕਿਸਾਨਾਂ ਦੀਆਂ ਮੰਗਾਂ ਨੂੰ ਮੰਨਣ। ਉਸ ਦੇ ਸੰਬੰਧ ਵਿੱਚ ਅੱਜ ਆਪਾਂ 3 ਜ਼ਿਲ੍ਹੇ ਆ ਜਿਹੜੇ ਮੋਹਾਲੀ, ਫਤਿਹਗੜ੍ਹ ਸਾਹਿਬ ਅਤੇ ਰੋਪੜ, ਤਿੰਨਾਂ ਜ਼ਿਲ੍ਹਿਆਂ ਦੇ ਕਿਸਾਨਾਂ ਦੀ ਮੀਟਿੰਗ ਦੇ ਵਿੱਚ ਅਸੀਂ ਇਹ ਤਿਆਰੀ ਕਰ ਰਹੇ ਹਾਂ ਕਿ ਵੱਡੀ ਗਿਣਤੀ ਦੇ ਵਿੱਚ ਟਰੈਕਟਰ, ਟਰਾਲੀਆਂ ਅਤੇ ਗੱਡੀਆਂ ਲੈ ਕੇ ਆਪਾਂ ਦਾਣਾ ਮੰਡੀ ਸਰੰਦ ਦੇ ਵਿੱਚ 22 ਤਰੀਕ ਨੂੰ ਇਕੱਠੇ ਹੋਣਾ ਅਤੇ ਉੱਥੋਂ ਬਹੁਤ ਵੱਡੇ ਕਾਫਲੇ ਦੀ ਸ਼ਕਲ ਦੇ ਵਿੱਚ ਆਪਾਂ ਦਿੱਲੀ ਘਰਾਓ ਦੇ ਜਿੱਥੇ ਹੋਊਗਾ ਇਕੱਠ, ਉਹਦੇ ਵਿੱਚ ਸ਼ਾਮਿਲ ਹੋਣਾ। ਅਤੇ ਉਹਦੇ ਵਿੱਚ ਆਪਾਂ ਇਹ ਵੀ ਤਿਆਰੀ ਕੀਤੀ ਆ ਕਿ ਅਣਮਿੱਥੇ ਸਮੇਂ ਦਾ ਘਰਾਓ ਹੈ, ਉਹਦੇ ਵਿੱਚ ਆਪਣੀਆਂ ਟਰਾਲੀਆਂ ਅਤੇ ਆਪਣਾ ਰਾਸ਼ਨ ਅਤੇ ਆਪਣੇ ਕੱਪੜੇ ਵਗੈਰਾ ਲੈ ਕੇ ਆਪਾਂ ਜਾਣਾ, ਕਿਉਂਕਿ ਆਪਾਂ ਨੂੰ ਜਿੰਨਾ ਚਿਰ ਸਰਕਾਰ ਸਾਡੀਆਂ ਮੰਗਾਂ ਨਹੀਂ ਮੰਨਦੀ ਅਸੀਂ ਉਹ ਘਰਾਓ ਹੈ ਜਿਹੜਾ ਉਹਨੂੰ ਅਣਮਿੱਥੇ ਸਮੇਂ ਦਾ ਰੱਖਣਾ, ਅਤੇ ਜਿੰਨਾ ਚਿਰ ਉਹ ਮੰਗਾਂ ਮੰਨਣਗੇ ਨਹੀਂ ਉਨਾ ਚਿਰ ਉੱਥੋਂ ਵਾਪਸ ਨਹੀਂ ਆਵਾਂਗੇ। ਪ੍ਰਧਾਨ ਨੇ ਕਿਸਾਨਾਂ ਨੂੰ ਟਰੈਕਟਰ ਟਰਾਲੀਆਂ 'ਤੇ ਇਕੱਠੇ ਹੋ ਕੇ ਧਰਨੇ 'ਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਚੰਡੀਗੜ੍ਹ ਤੋਂ ਮਨਮੋਹਨ ਸਿੰਘ ਦੀ ਰਿਪੋਰਟ।